ये भगवंकार वाहेगुरु जी की बात है। श्री प्रभु जी सहाय वाह श्री प्रभु जी की बात जैसे मई सहाय आदर आर भगवंकार सर्व श्री हर राय श्री कृष्ण दया जगत सकता सब रूप जाए एक बहादुर समय करुणा दे आवत आए साधना जय सहाय दसवें पातशाह श्री गुरु गोबिंद सिंह साहब जी साधना जय सहाय दसा पातशाह दी जोत श्री गुरु ग्रंथ योग अकाल दा धर्म का जयकार बोल गए सिखां दा मन दीवा माते उचे मत दा रखाया वाहिगुरु हे अकाल पुरख अपने पंथ दा सदिया होया इस लोक तो परलोक दा मन करदे ने सतगुरु जी पिछो इन्हां दे सेवक परिवार ने आप जी दा भाणा मंदिया होया आप जी दी पावन अधूरी अंदर इलाह गण ते कीर्तन करवाए ने समुची सेवा में भवदिया होया पावन पवित्र गुरबाणी ते जाप करदे आ ओइया बयान भुल्लां दी खिमा बख्शी करनी कहा
Thank you.
मेरा मन है कृष्ण मेरा
Thank you.
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਵਧਾਨੀ ਹੈ ਸਹਾਰੇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਜਾ ਤੇ ਆ ਰਿਹਾ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਆਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਲੈ ਚੜਾਈ ਤੈ ਸਾਹਿਬ ਜੀ ਸਰਬੰਤ ਖਾਲਸਾ ਜੀ ਕੋ ਵਾਹਿਗੁਰੂ 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 ਜਥਾ ਨ ਛਕਿਆ ਮਨ ਕਾ ਸਰਕਾਰ ਸਰਬ ਸਭ ਹੋਗਾ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਹਾ ਰਚਿਆ ਆਏ ਦੇਵ ਦੇਵ ਪਤ ਪਦ ਕੀ ਪੈ ਅੰਤੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਕੀ ਕੈ ਬਹੁਤ ਬਾਲ ਬਹੁਤ ਜੀ ਸਿਖਾ ਸਿੱਖੀ ਦਾਨ ਕੇ ਯੁਗ ਅਕਾਲ ਦਾ ਧਰਮ ਕਾ ਜੈਕਾਰ ਬਹੁਤ ਜੀ ਸਿੱਖਾਂ ਦਾ ਮਨ ਦੀਵਾ ਮਾਤਿਓ ਚੇ ਮਾਤ ਦਾ ਰਖਾਇਆ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦਾ ਸਦਿਆ ਹੋਇਆ ਇਸ ਲੋਕ ਤੋਂ ਪਰਲੋਕ ਦਾ ਮੰਦਰ ਗਏ ਨੇ ਸਾਧੂ ਜੀ ਪਿੱਛੋਂ ਇਹਨਾਂ ਦੇ ਸੇਵਕ ਪਰਿਵਾਰ ਨੇ ਆਪ ਜੀ ਦਾ ਭਾਣਾ ਮੰਨਦਿਆ ਹੋਇਆ ਆਪ ਜੀ ਦੀ ਪਾਵਨ ਅਧੂਰੀ ਅੰਦਰ ਇਲਾਹ ਹੀ ਗਾਣ ਦੇ ਕੀਰਤਨ ਕਰਵਾਏ ਨੇ ਸਾਧੂ ਜੀ ਸੇਵਾ ਨੇ ਭਾਉਂਦਿਆ ਹੋਇਆ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਕਰਦੇ ਹਨ ਬਹੁਤੀਆਂ ਬੇਅੰਤ ਭੁੱਲਾਂ ਦੀ ਕਿਰਪਾ ਬਖਸ਼ੀ ਕਰਨੀ ਸਾਧੂ ਜੀ ਉਹ ਕਿਰਪਾ ਕਰਨੀ ਸਰਦਾਰ ਮੰਗਲ ਸਿੰਘ ਜੀ ਤੋਂ ਸੰਸਾਰੀ ਯਾਤਰਾ ਕਰਦਿਆਂ ਹੋਇਆ ਸੰਸਾਰ ਵਿੱਚ ਵਿਚਰਦਿਆਂ ਹੋਇਆ ਬਹੁਤੀਆਂ ਬੇਅੰਤ ਭੁੱਲਾਂ ਦੀ ਕਿਰਪਾ ਬਖਸ਼ੀ ਕਰਕੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਕਰਨਾ ਪਿੱਛੋਂ ਸੇਵਕ ਪਰਿਵਾਰ ਨੂੰ ਕਰਨਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਠੰਡ ਵਰਤਣੀ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ੀ ਕਰਨੀਆਂ ਸਿਰ ਦੇ ਮਿਹਰ ਪਰ ਭੇਟਾ ਪ੍ਰਵਾਨ ਕਰਨਾ ਆਪਣੇ ਦਰੋਂ ਘਰ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ੀ ਕਰਨੀ ਜੈ ਰੋਗਦਾਰ ਤੰਦਰੁਸਤੀ ਦੀਆਂ ਦਾਤਾਂ ਬਖਸ਼ੀ ਕਰਨੀਆਂ ਸਿਰ ਤੇ ਮਿਹਰ ਪਰ ਯਾਦ ਰੱਖਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦਇਆ ਸਭ ਕੇ ਹਾਜ਼ਰ ਘਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਚਾਰ ਸਾਰੇ ਹੁਕਮਨਾਮੇ ਦੀ ਦਾਤ ਬਖਸ਼ੀ ਕਰਕੇ ਸਭ ਸੰਗਤ ਨੂੰ ਕਰਤਾਰਥ ਕਰੋ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਾਲਾ ਸਾਧ ਸਿਖਾਨ ਕਾਲ ਹੁਕਮ ਹੈ ਗੁਰੂ ਮਾਨਿਆ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਆ ਪ੍ਰਗਟ ਗੁਰਾਂ ਕੀ ਦੈ ਜੋ ਪ੍ਰਭ ਕਾ ਮਿਲ ਪਹੁੰਚਾ ਕੋਜ ਸ਼ਬਦ ਮੈਂ ਲੈ ਰਾਜ ਕਰੇਗਾ ਖਾਲਸਾ ਆਖੀ ਰਹਿ ਨ ਕਰੇ ਕੁਮਾਰ ਹੋਏ ਸਭ ਮੇਰਾ ਗੈ ਅਜੈ ਸ਼ਰਨ ਜੋ ਸਾਗਰ ਜੰਝਾਰਾ
जीवन मरण है जोर ना सा जन्म से जोर है
ਨਾ ਹੀ ਸਾਡਾ ਕੋਈ ਮੌਤ ਦੀ ਲੋੜ ਹੈ। ਪਰਮਾਤਮਾ ਦਾ ਭੇਜਿਆ ਹੋਇਆ ਜੀਵ ਇਸ ਸੰਸਾਰ ਦੇ ਅੰਦਰ ਜਦੋਂ ਮਾਲਕ ਵੱਲੋਂ ਪਰਮਾਤਮਾ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਮੰਜੀ ਖਤਮ ਹੋ ਜਾਂਦੀ, ਜੀਵਨ ਇਸ ਸੰਸਾਰ ਤੋਂ ਜਾਣਾ ਪੈਂਦਾ। ਪਰ ਜਿਹੜੇ ਜੀਵ ਇਸ ਸੰਸਾਰ ਦੇ ਵਿੱਚ ਆ ਕੇ ਮਾਲਕ ਪ੍ਰਭੂ ਪਰਮਾਤਮਾ ਨੂੰ ਚੇਤੇ ਰੱਖਦੇ ਨੇ, ਆਪਣੇ ਜੀਵਨ ਕਾਲ ਦੌਰਾਨ ਨੇਮ ਕਰਮ ਕਰਦੇ ਨੇ, ਉਹ ਜੀਵ ਇਸ ਸੰਸਾਰ ਦੇ ਵਿੱਚੋਂ ਆਪਣੇ ਜੀਵਨ ਦੀ ਬਾਜੀ ਨੂੰ ਜਿੱਤ ਜਾਂਦੇ। ਤੇਰੇ ਨਾਏ ਕਰਦੇ ਸਿਜਣ ਗਏ ਹਾਰ ਗਏ ਉਸੇ ਕਰਨ ਵਾਲੇ ਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ, ਪਰਮਾਤਮਾ ਨੂੰ ਵਿਸਾਰ ਦਿੱਤੀ ਭੁਲਾ ਜਾਂਦੇ ਨੇ। ਸਤਿਗੁਰੂ ਜੀ ਰੰਗ ਕਰਨ ਸਾਨੂੰ ਸਾਰਿਆਂ ਨੂੰ ਨਾਮ ਦੇ ਰਾਹ ਬਖਸ਼ੇ ਕਰਨ, ਤਾਂ ਕਿ ਸਾਡੇ ਲੋਕ ਸੁਖੀਏ ਨੇ, ਪਰ ਲੋਕ ਸੋਏ ਹੋਏ ਨਾਲ ਬਹਾ ਕਰਦੇ ਆਪਣੇ ਮੇਲੇ, ਸਾਡੇ ਲੋਕ ਸੁਖੀਏ ਪਰ ਲੋਕ ਸੋਏ ਹੋ ਜਾਣ। ਸਤਿਗੁਰੂ ਜੀ ਰੰਗ ਕਰਨ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਕਰਨ, ਪਿੱਛੋਂ ਸੇਵਕ ਪਰਿਵਾਰ ਨੂੰ, ਸਾਖ ਸੰਗਤੀਆਂ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਕਰਨ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤ ਬੁੱਧਣ ਵਰਤਾਉਣ, ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਦੀਆਂ ਦਾਤਾਂ ਬਖਸ਼ੇ ਕਰਨ। ਵਾਰ ਵਾਰ ਧੰਨਵਾਦ ਜਿਹਨਾਂ ਨੇ ਸੇਵਕ ਪਰਿਵਾਰ ਦੀ ਸੰਬੰਧ ਦੀ ਗੱਲ ਦੇ ਵਿੱਚ ਸੇਵਕ ਪਰਿਵਾਰ ਦਾ ਦੁੱਖ ਸਾਂਝਾ ਕੀਤਾ, ਸੇਵਕ ਪਰਿਵਾਰ ਦਾ ਦੁੱਖ ਹਟਾਉਣਾ ਕੀਤਾ। ਸੋ ਆਈ ਹੋਈ ਸਾਰੀ ਸੰਗਤ ਦਾ ਪਰਿਵਾਰ ਵੱਲ ਧੰਨਵਾਦ। ਫਿਰ ਦੁਬਾਰਾ ਬੇਨਤੀ ਹੈ ਕਿ ਆਪ ਸੁਖ ਸੰਗਤਾਂ ਵਾਸਤੇ ਸੇਵਕ ਪਰਿਵਾਰ ਨੇ ਗੁਰੂ ਕੇ ਲੰਗਰ ਤਿਆਰ ਕੀਤੇ ਨੇ, ਪਰਿਵਾਰ ਵੱਲੋਂ ਬੇਨਤੀ ਹੈ ਸਾਰੀ ਸੰਗਤ ਨੇ ਗੁਰੂ ਘਰ ਗੁਰੂ ਸ਼ਬਦ ਜਾਂਦਾ ਖਾਲਸਾ ਵਾਹਿਗੁਰੂ ਜਪ ਸਤਨਾ ਸਤਨਾ ਵਾਹਿਗੁਰੂ ਵਾਹਿਗੁਰੂ ਜੀ ਜਪ ਸਤਨਾਮ ਸਤਿਗੁਰੂ ਜੀ ਜਪ ਸਤਨਾਮ 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 ਜੀ
ਸਾਨੂੰ